आ जाओ जी सरदार साहब, तैयार है टेबल, लाओ महफिल, बैठो मंजी ते। हाँ मंजा। अच्छा हुण सरदार साहब मंजे दे बहिणगे। ओ ये कुर्सी नहीं है जी, कोई मैनू दसण दा, मैं घरों चक लिआउंदा। ओ सरदार साहब गुस्सा कानू कर दे, कुर्सी लिया देने लिया जाके। जी उठ खड़ो, दिन किड्डा चढ़ गया, खड़ो हुण चाह पी लो। इन्ने प्यार नाल अज तां मैनूं इह लगदा सूरज वी दूजी साइड तों चढ़िया होऊगा। पहला ना कदे इन्ने प्यार नाल चाह दित्ती नहीं, जदों भी आवाज मारी है बस आही बोल दिया बे कंजरा उठ जा चाह चुलस लै। लो जी तुसीं तां ओही गुस्सा करी जाने हो, नरे मैनूं इक गल समझ आ गई, पति ही रब दा दूजा रूप हुंदा है। नरे हां हर एक पत्नी दा धर्म हुंदा है पति दी सेवा करना। वाह ओ मेरा रब्बा, शुक्र है रब दा तू अज मैनूं रब दे बराबर करदा। देखी रब्बा कदे गुस्से नहीं ना करदी, नाले तू पूजा होता रहन दे, बस थोड़ा प्यार नाल ही बोल पिया करा, ਉਹੀ ਬਹੁਤ ਹੈ। ਲੋ ਜੀ ਤੁਸੀਂ ਤਾਂ ਉਹੀ ਗੁੱਸਾ ਕਰ ਜਾਂਦੇ ਹੋ, ਇੱਜ਼ਤ ਤਾਂ ਥੋੜੀ ਮੈਂ ਪਹਿਲਾਂ ਵੀ ਕਰਦੀ ਆ, ਬਸ ਥੋੜਾ ਜਿਹਾ ਉੱਚਾ ਨੀਵਾਂ ਬੋਲ ਜਾਂਦੀ ਆ। ਨਾਲੇ ਮੈਂ ਇੱਕ ਗੱਲ ਕਹਿਣੀ ਸੀ, ਆਪਾਂ ਮੇਰੇ ਪੇਕੇ ਨਾ ਚੱਲੀਏ, ਹੁਣ ਤਾਂ ਕਿੰਨਾ ਚਿਰ ਹੋ ਗਿਆ ਜੀ ਗਿਆ ਨੂੰ। ਅੱਛਾ ਹੁਣ ਪਤਾ ਲੱਗਿਆ ਵੀ ਰੱਬ ਦੇ ਬਰਾਬਰ ਕਿਉਂ ਬਿਠਾਉਂਦੀ ਸੀ। ਮੈਂ ਵੀ ਸੋਚਾਂ ਜਿਹੜੇ ਟੀਵੀ 'ਤੇ ਹਰ ਵਕਤ ਖਬਰਾਂ ਚੱਲਦੀਆਂ ਨੇ, ਅੱਜ ਚਿੱਤਰਹਾਰ ਕਿਵੇਂ ਚੱਲ ਪਿਆ। ਨਹੀਂ ਨਹੀਂ ਜੀ ਉਹ ਗੱਲ ਨਹੀਂ ਹੈਗੀ, ਜਾਣੂ ਤਾਂ ਮੈਂ ਇਕੱਲੀ ਵੀ ਵਗ ਜਾਂ, ਪਰ ਮੇਰੇ ਪੇਕੇ ਨਾ ਮੈਨੂੰ ਬੋਲਦੇ ਨੇ ਵੀ ਤੂੰ ਪ੍ਰਾਹੁਣੇ ਨੂੰ ਕਿਉਂ ਨਹੀਂ ਨਾਲ ਲੈ ਕੇ ਆਉਂਦੀ, ਨਾਲੇ ਮੇਰਾ ਭਰਾ ਤਾਂ ਤੁਹਾਨੂੰ ਬਹੁਤ ਪਿਆਰ ਕਰਦਾ ਗਾ। ਉਹ ਜਾਣਦਾ ਜਿਹੜਾ ਪਿਆਰ ਕਰਦਾ ਸਾਲਿਆਂ ਨੂੰ ਮੇਰੇ ਬਹਾਨੇ ਨਾਲ ਖਾਣ ਪੀਣ ਨੂੰ ਮਿਲ ਜਾਂਦਾ। ਬਸ ਕਰੋ ਜੀ ਮੇਰੇ ਪੇਕਿਆਂ ਨੂੰ ਹੁਣ ਇੰਨਾ ਬਦਨਾਮ ਵੀ ਨਾ ਕਰੋ, ਚਲੋ ਹੁਣ ਜਾਣ ਦੀ ਤਿਆਰੀ ਕਰਦੇ ਹਾਂ। ਉਹ ਬਸ ਕਰ ਮੇਰਾ ਨਹੀਂ ਉੱਥੇ ਜਾਣ ਨੂੰ ਜੀ ਕਰਦਾ, ਸਾਲੀ ਸ਼ਰਾਬ ਵੀ ਉਹਦੇ ਪੱਲੇ ਲਿਆਉਣੀ ਪੈਂਦੀ ਹੈ, ਅੱਗੋਂ ਜਾਂਦੇ ਨੂੰ ਬੜੀਆਂ ਬਣਾ ਕੇ ਰੱਖ ਦਿੰਦੇ ਨੇ, ਕਹਿਣਗੇ ਮੀਟ ਦੀ ਫੀਲਿੰਗ ਲੈ ਕੇ ਖਾ ਲੈ, ਸਾਲਾ ਐਂ ਲੱਗਦਾ ਜਿਵੇਂ ਕਿਸੇ ਮਾੜੇ ਮੰਤਰੀ ਦੀ ਰੈਲੀ ਦੇ ਆਇਆ ਹੋਵਾਂ। ਤੁਸੀਂ ਇਹਨਾਂ ਫਿਕਰ ਨਾ ਕਰੋ, ਮੈਂ ਉਹਨਾਂ ਨੂੰ ਪਹਿਲਾਂ ਹੀ ਫੋਨ ਕਰ ਦੂੰਗੀ ਵੀ ਸ਼ਰਾਬ ਤੇ ਮੁਰਗਾ ਪਹਿਲਾਂ ਹੀ ਲਿਆ ਕੇ ਰੱਖਣਾ। ਉਹ ਜਾਣਦਾ ਮੈਂ ਲਿਆਉਣ ਵਾਲੇ ਨੂੰ, ਆ ਪਿਛਲੀ ਵਾਰ ਤੇਰਾ ਭਰਾ ਠੇਕੇ ਤੇ ਲੈ ਗਿਆ ਮੈਨੂੰ, ਉੱਥੇ ਜਾ ਕੇ ਬੋਲਦਾ ਕਹਿੰਦਾ ਪ੍ਰਾਹੁਣਾ ਸਾਹਿਬ ਦੱਸੋ ਕਿਹੜੀ ਪੀਓਗੇ, ਮੈਂ ਵੀ ਹੌਸਲਾ ਜਿਹਾ ਕਰਕੇ ਮਹਿੰਗੀ ਦਾ ਨਾਂ ਲੈਤਾ। ਜਦੋਂ ਠੇਕੇ ਵਾਲੇ ਨੂੰ ਪੁੱਛਿਆ ਕਿੰਨੇ ਪੈਸੇ ਹੋਗੇ, ਕਹਿੰਦਾ 1700। ਤੇਰਾ ਭਰਾ ਖੁਰਕ ਕੇ ਸਿਰਜਾ ਕਹਿੰਦਾ ਪ੍ਰਾਹੁਣਾ ਸਾਹਿਬ ਦਿਓ, ਮੈਂ ਤਾਂ ਬਟੂਆ ਘਰੇ ਭੁੱਲ ਆਇਆ, ਫਿਰ ਮੈਨੂੰ ਪੈਸੇ ਦੇਣੇ ਪਏ। ਤੁਸੀਂ ਨਾ ਦਿੰਦੇ ਜੀ ਫਿਰ। ਉਹ ਦਿੰਦਾ ਕਿਵੇਂ ਨਾ, ਉਹਨੇ ਗੱਲ ਹੀ ਇਹੋ ਜਿਹੀ ਬੋਲਤੀ। ਇਹੋ ਜਿਹਾ ਕੀ ਕਹਿਤਾ ਜੀ ਸੁਣੋ ਨੇ? ਉਹ ਠੇਕੇ ਵਾਲੇ ਨੂੰ ਕਹਿੰਦਾ ਇਹ ਸਾਡੇ ਪ੍ਰਾਹੁਣਾ ਸਾਹਿਬ ਨੇ, ਪਿੰਡ ਵਿੱਚ ਜੱਦੀ ਸਰਦਾਰ ਵੱਜਦੇ ਨੇ ਤੇ 84 ਕਿੱਲਿਆਂ ਦੇ ਮਾਲਕ ਨੇ। ਬਸ ਫਿਰ ਪ੍ਰਾਹੁਣਾ ਸਾਹਿਬ ਪੰਪਾ 'ਚ ਆ ਗਏ ਤੇ ਫਿਰ ਪੈਸੇ ਦੇਣੇ ਪਏ। ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਜੀ ਪੰਪਾ ਵਿੱਚ ਨਾ ਆਇਆ ਕਰੋ, ਜਿੰਨੀ ਵਾਰ ਵੀ ਪੰਪਾ ਵਿੱਚ ਆਏ ਹੋ ਘਾਟਾ ਹੀ ਖਾ ਕੇ ਆਏ ਹੋ। ਉਹ ਰਹੀ ਨਾ ਉਹੀ ਡੰਗਰ ਦੀ ਡੰਗਰ, ਸਿਆਣੇ ਨੇ ਸੱਚ ਹੀ ਕਿਹਾ ਵੀ ਜਨਾਨੀ ਦੀ ਮੱਤ ਨਾ ਆਹ ਗੁੱਤ ਪਿੱਛੇ ਹੁੰਦੀ ਹੈ, ਲੋਕ ਸਾਰੀ ਉਹ ਨਾ ਕਮਾਈ ਕਰਕੇ ਮਰ ਜਾਂਦੇ ਨੇ, 84 ਮਰਲੇ ਨਹੀਂ ਖਰੀਦ ਪਾਉਂਦੇ। ਮੈਂ ਉੱਥੇ ਖੜਾ ਖੜਾ 84 ਕਿੱਲਿਆਂ ਦਾ ਸਰਦਾਰ ਬਣ ਗਿਆ, ਜੇ ਪੈਸੇ ਨਾ ਦਿੰਦਾ 84 ਕਿੱਲਿਆਂ ਦੀ ਖੇਹ ਹੋ ਜਾਂਦੀ। ਵੇ ਤੂੰ ਰਹਿਣ ਦੇ ਰਹਿਣ ਦੇ, ਤੇਰੇ ਨਾਲ ਤਾਂ ਗੱਲਾਂ 'ਚ ਕੋਈ ਵੀ ਨਹੀਂ ਜਿੱਤ ਸਕਦਾ, ਹੁਣ ਤੁਸੀਂ ਤਿਆਰ ਹੋ ਜਾਓ ਆਪਾਂ ਜਾਣਾ ਕੀ ਹੈ। ਤਿਆਰ ਤਾਂ ਹੋ ਜਾਣਾ, ਪਰ ਤੂੰ ਪਹਿਲਾਂ ਉਹਨਾਂ ਨੂੰ ਫੋਨ ਕਰ ਦੇ ਵੀ ਪ੍ਰਾਹੁਣਾ ਸਾਹਿਬ ਦੀ ਨਾ ਇਸ ਵਾਰ ਸੇਵਾ 'ਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਲੈ ਵੀ ਖਿੱਚ ਲੈ ਤਿਆਰੀ ਫਿਰ ਸਹੁਰੇ ਜਾਣ ਦੀ। ਮੇਰੀ ਧੀ ਰਾਣੀ ਆ ਗਈ। ਕੋਲੀ ਰੱਖ ਲੈ, ਆਹ ਦੇਖ ਲੈ ਕਿਵੇਂ ਪ੍ਰਾਹੁਣੇ ਦੀ ਇੱਜ਼ਤ ਹੁੰਦੀ ਆ, ਬਰੋਂਦੇ ਤੱਕ ਨਹੀਂ ਢੰਗ ਨਾਲ। ਕੋਈ ਨਾ ਜੀ ਤੁਸੀਂ ਤਾਂ ਸਾਰੀ ਬੋਲਣ ਲੱਗੇ, ਚਾਹ ਪਾਣੀ ਤਾਂ ਪੀ ਲਓ। ਉਹ ਤੂੰ ਚਾਹ ਪਾਣੀ ਨੂੰ ਰਹਿਣ ਦੇ, ਨਾਲੇ ਤੁਸੀਂ ਨਾ ਸ਼ਾਮ ਦਾ ਪ੍ਰਬੰਧ ਕਰੋ, ਜੇ ਹੁਣ ਪ੍ਰਬੰਧ ਕਰਨ ਲੱਗੋਗੇ ਤਾਂ ਸ਼ਾਮ ਤੱਕ ਕਰੋਗੇ, ਕਿਤੇ ਇਹ ਨਾ ਹੋਵੇ ਪ੍ਰਾਹੁਣਾ ਸਾਹਿਬ ਨੂੰ ਵਾਪਸੀ ਜਾਣਾ ਪੈ ਜੇ, ਐਵੇਂ 84 ਕਿੱਲਿਆਂ ਦੀ ਖੇਹ ਹੋ ਜਾਊਗੀ। 84 ਕਿੱਲੇ ਹੈ ਨਾ ਪੁੱਤ, ਜਦੋਂ ਰਿਸ਼ਤਾ ਕੀਤਾ ਸੀ ਉਦੋਂ ਤਾਂ 8 ਕਿੱਲੇ ਸੀ, ਆ 84 ਕਦੋਂ ਬਣਾ ਲੇ ਤੂੰ? ਉਹ ਮਾਤਾ ਤੇਰੇ ਵੱਡੇ ਮੁੰਡੇ ਨੂੰ ਸਾਰਾ ਕੁਛ ਪਤਾ ਹੈ, ਜਦੋਂ ਮੈਂ ਚਿੱਟੇ ਖਰੀਦੇ ਸੀ ਨਾ ਤੇਰਾ ਮੁੰਡਾ ਨਾਲ ਹੀ ਸੀ, ਨਾਲੇ ਬਿਆਨਾ ਵੀ ਨਾ ਉਹਨੇ ਆਪ ਹੀ ਫੜਾਇਆ ਸੀ,
ਉਹਨੂੰ ਪੁੱਛ ਲਈ ਕਦੋਂ ਬਣਾਈ ਸੀ। ਲੈ ਉਹ ਵੀ ਆ ਗਿਆ। ਓਹੋ ਸਰਦਾਰ ਸਾਹਿਬ ਆਏ ਨੇ। ਹੋਰ ਸੁਣਾਓ ਸਰਦਾਰ ਸਾਹਿਬ ਕੀ ਹਾਲ ਹੈ? ਠੀਕ ਹੈ ਵਧੀਆ। ਤੂੰ ਆਸਾ ਬਈ ਆਹ ਕੁੜੀ ਮੜਿਆ ਬੈਠੀ ਦੇਖ ਲਓ ਆਹ ਹੁੰਦੀ ਆ ਰਿਸ਼ਤੇਦਾਰੀ ਕਿਵੇਂ ਸਰਦਾਰ ਜੀ ਕੇ ਬੁਲਾਉਂਦਾ। ਹੋਰ ਦੱਸੋ ਕਿਵੇਂ ਘਰ ਪਰਿਵਾਰ? ਠੀਕ ਹੈ ਸਭ ਠੀਕ ਹੈ। ਤੂੰ ਦੱਸ ਠੀਕ ਠਾਕ ਹੈ? ਬਹੁਤ ਵਧੀਆ ਬਹੁਤ ਵਧੀਆ। ਆਨੰਦ ਆਈ ਤੁਸੀਂ ਦੱਸੋ ਕਿਵੇਂ? ਵਧੀਆ ਵਧੀਆ। ਮੈਂ ਤਾਂ ਸਾਲਾ ਹੁਣ ਫੀਲ ਹੋਇਆ ਵੀ ਆਪਦੇ ਸਹੁਰੇ ਘਰੇ ਬੈਠਾ। ਪਹਿਲਾਂ ਤਾਂ ਐਂ ਲੱਗੀ ਜਾਂਦਾ ਜੀ ਜਿਵੇਂ ਆਪਦੇ ਸਹੁਰੇ ਨੀ ਆਪਦੀ ਸੱਸ ਦੇ ਸਹੁਰੇ ਘਰੇ ਆਇਆ ਹੋਵਾਂ। ਉਹ ਬੇਬੇ ਇਹੋ ਜਿਹਾ ਕੀ ਕਹਿੰਦਾ ਪਰਾਹੁਣੇ ਨੂੰ? ਪੁੱਤ ਮੈਂ ਤਾਂ ਕੁਛ ਨੀ ਕਿਹਾ। ਚਲੋ ਬਾਹਲਾ ਨਾ ਤੱਪ, ਕੋਈ ਗੱਲ ਨੀ, ਚਲੋ ਖਾਣੇ ਪੀਣੇ ਆ। ਚਲ ਚੱਲੀਏ ਫਿਰ ਘਰਦਾ ਫਿਰ ਸ਼ਾਮ ਦਾ। ਹਾਂ ਚਲੋ ਆ ਜਾਓ। ਕਿ ਤੂੰ ਪਾਣੀ ਵੀ ਰੱਖ ਗਿਆ ਤੇ ਆ ਖਾਲੀ ਗਲਾਸ ਵੀ ਰੱਖ ਗਿਆ, ਅਸੀਂ ਇਹਨਾਂ ਦਾ ਮੈਂ ਕੀ ਕਰਾਉਣਾ? ਉਹ ਮੱਖਣਾ ਆ ਗਿਆ ਜੀ। ਆ ਗਿਆ। ਉਹ ਕਿੱਥੇ ਰਹਿ ਗਿਆ ਸੀ ਯਾਰ? ਤਿਆਰ ਹੈ ਜੀ ਆਪਣਾ ਸਮਾਨ। ਆ ਚੁੱਕੋ ਮੀਟ ਤੇ ਆ ਚੁੱਕੋ ਦੇਸੀ ਸ਼ਰਾਬ। ਆ ਜਾਓ ਜੀ ਸਰਦਾਰ ਸਾਹਿਬ, ਤਿਆਰ ਹੈ ਟੇਬਲ, ਲਾਓ ਮਹਿਫਲ, ਬੈਠੋ ਮੰਜੇ ਤੇ। ਮੰਜਾ? ਅੱਛਾ ਹੁਣ ਸਰਦਾਰ ਸਾਹਿਬ ਮੰਜੇ ਦੇ ਬਹਿਣਗੇ। ਉਹ ਜੇ ਕੁਰਸੀ ਨਹੀਂ ਹੈਗੀ ਦੀ ਕੋਈ ਮੈਨੂੰ ਦੱਸ ਦਿੰਦਾ, ਮੈਂ ਘਰੋਂ ਚੱਕ ਲਿਆਉਂਦਾ। ਉਹ ਸਰਦਾਰ ਸਾਹਿਬ ਗੁੱਸਾ ਕਾਹਨੂੰ ਕਰਦੇ ਹੋ? ਕੁਰਸੀ ਲਿਆ ਦੇਣੇ। ਲਿਆ ਜਾ ਕੇ ਜੱਦੀ ਸਰਦਾਰ ਆ, ਮੰਜੇ ਦੇ ਬਹਿਦੇ ਸੋਹਣੇ ਲੱਗਦੇ ਨੇ। ਆ ਲਓ ਬੈਠੋ। ਐਵੇਂ ਨਾਰਾਜ਼ ਹੋਈ ਇਹਨੂੰ? ਇਹ ਆਪਣੇ ਗੁਆਂਢੀਆਂ ਦੇ ਪ੍ਰਾਹੁਣਾ ਸਾਹਿਬ ਨੇ। ਉਹ ਸਿੱਧਾ ਕਹਿਣਾ ਵੀ ਤੇਰਾ ਸਾਡੂ ਹੈ। ਹੋਰ ਬਈ ਕੀ ਹਾਲ ਹੈ? ਠੀਕ ਠਾਕ ਬਾਈ, ਤੁਸੀਂ ਦੱਸੋ? ਵਧੀਆ ਵਧੀਆ। ਠੀਕ ਹੈ ਕਬੀਲਦਾਰੀ? ਹਾਂ ਹਾਂ ਕਬੀਲਦਾਰੀ, ਮਹਾਂ ਜ਼ੋਰਾਂ ਸ਼ੋਰਾਂ ਦੇ ਚੱਲਦਾ ਕੰਮ। ਬਾਕੀ ਮੇਰੇ ਰਿਸ਼ਤੇਦਾਰ ਨੇ ਤੈਨੂੰ ਦੱਸ ਦਿੱਤਾ ਹੋਊਗਾ? ਹਾਂਜੀ ਮੈਂ ਦੱਸਣ ਵਾਲੀ ਸੀ, ਇਹ ਪਿੰਡ ਵਿੱਚ ਜੱਦੀ ਸਰਦਾਰ ਨੇ, ਬਹੁਤ ਚੜ੍ਹਾਈ ਹੈ ਇਹਨਾਂ ਦੀ। ਅਤੇ 84 ਕਿੱਲਿਆਂ ਬਾਰੇ ਵੀ ਦੱਸ। ਹਾਂਜੀ ਇਹ 84 ਕਿੱਲਿਆਂ ਦੇ ਇਕੱਲੇ ਮਾਲਕ ਨੇ। ਅੱਛਾ ਜੀ, ਫਿਰ ਤਾਂ ਵੱਡੀ ਗੱਲਬਾਤ ਆ ਜੀ। ਫਿਰ ਤਾਂ ਭਾਈ ਸਾਹਿਬ ਨੌਕਰ ਚਾਕਰ ਵੀ ਬਹੁਤ ਜਾਣੇ ਹੋਣੇ। ਉਹ ਹਾਂ, ਉਹ ਨੌਕਰਾਂ ਬਾਰੇ ਕੀ ਪੁੱਛਦਾ ਹੈ? ਉਹਦੇ ਗਿਣਤੀ ਨਹੀਂ ਕਰੀ, ਆਪੀ ਕੰਮ ਕੁੰਮ ਕਰ ਜਾਂਦੇ ਨੇ। ਕਈ ਵਾਰ ਤਾਂ ਨੌਕਰ ਨਾ ਜਦੋਂ ਟਰੈਕਟਰ ਸਟਾਰਟ ਕਰਦਾ ਨੀਂਦ ਵੀ ਉੱਤੀ ਪੂਰੀ ਕਰ ਲੈਂਦਾ। ਹੁਣ ਤੈਨੂੰ ਪਤਾ ਹੀ ਹੈ 84 ਕਿੱਲਿਆਂ ਦਾ ਗੇੜਾ ਕਿਹੜਾ ਛੇਤੀ ਲੱਗਦਾ ਹੈਗਾ। ਉਹ ਤਾਂ ਗੱਲ ਹੈ ਜੀ, ਫਿਰ ਤਾਂ ਪੂਰੀ ਚੜ੍ਹਾਈ ਆਪਣੇ ਤਾਂ ਸਰਦਾਰਾਂ ਦੀ। ਸਰਦਾਰਾਂ ਦੀ ਚੜ੍ਹਾਈ ਵੀ ਦੱਸਦਾ। ਆਹ ਪੈਗ ਲਾਓ। ਲੈ ਫਿਰ ਬਣਾ ਪੈਗ, ਲਾਈਏ ਇੱਕ। ਟੀਕੇ ਦੇਖੋ ਰੂੜੀ ਮਾਰਤਾ। ਕਹਿੰਦੇ ਸਰਦਾਰ ਤਾਂ ਫਿਰ ਸਰਦਾਰ ਹੀ ਹੁੰਦੇ ਨੇ ਜੀ। ਹੈ ਲਓ ਜੀ ਚੱਕੋ, ਫਿਰ ਮੈਂ ਚੱਕੋ। ਲਓ ਜੀ ਲਓ ਜੀ ਸਰਦਾਰ ਜੀ, ਹੁਣ ਸੁਣਾਓ ਫਿਰ ਸਰਦਾਰ ਵਾਲੀ ਗੱਲ। ਮੈਂ ਸਰਦਾਰ ਵਾਲੀ ਗੱਲ ਸੁਣ ਲੈ। ਹਾਂਜੀ ਮੇਰਾ ਚਾਚਾ ਸੀ ਗੁਰਮੇਲ ਸਿੰਘ। ਅੱਛਾ। ਬਹੁਤ ਵੱਡਾ ਐਥਲੀਟ ਹੋਇਆ ਆਹ ਮਿਲਖਾ ਸਿੰਘ, ਬਸ ਇਹ ਤਾਂ 2 ਸਾਲ ਪਹਿਲਾਂ ਹੀ ਆਇਆ ਜੀ। ਆ ਇਹ ਕਿਤੇ ਮੇਰੇ ਵਾਲਾ ਚਾਚਾ ਨਾ 2 ਸਾਲ ਪਹਿਲਾਂ ਹੁੰਦਾ ਤਾਂ ਜਿਹੜੀ ਅੱਜ ਫਿਲਮ ਬਣੀ ਹੈ ਬਾਗ ਮਿਲਖਾ ਬਾਗ, ਫਿਰ ਇਹ ਨਹੀਂ ਬਣਨੀ ਸੀ। ਹਾਂਜੀ ਫਿਰ ਪਤਾ ਕਿਹੜੀ ਫਿਲਮ ਬਣਦੀ? ਕਿਹੜੀ? ਤਾਂ ਫਿਲਮ ਬਣਦੀ ਭੱਜ ਗੁਰਮੇਲ ਭੱਜ, ਇਹ ਫਿਲਮ ਬਣਨੀ ਸੀ। ਫਿਰ ਤਾਂ ਵੀ ਤੇਰਾ ਚਾਚਾ ਬਹੁਤ ਤੇਜ਼ ਭੱਜਦਾ ਹੋਊ। ਲੈ ਹੁਣ ਭੱਜਣ ਵਾਲੀ ਗੱਲ ਸੁਣ ਲੈ, ਇੱਕ ਵਾਰੀ ਦੀ ਗੱਲ ਹੈ ਬਈ। ਹਾਂ ਮੇਰਾ ਵਾਲਾ ਚਾਚਾ ਨਾ ਨੈਸ਼ਨਲ ਖੇਡਣ ਗਿਆ। ਅੱਛਾ। ਜਦੋਂ ਲਾ ਕੇ ਕੱਪੜੇ ਗੁਰਮੇਲ ਸਿੰਘ ਖੜਿਆ ਟਰੈਕ ਤੇ, ਓ ਦੂਜੇ ਨਾਲ ਦੇ ਹੱਸਣ ਲੱਗੇ ਉਹਨੂੰ ਦੇਖ ਕੇ। ਕਿਉਂ? ਕਿਉਂਕਿ ਕਿਸੇ ਦੇ ਬਈ ਐਡੀਡਾਸ ਦਾ ਕੱਛਾ, ਕਿਸੇ ਦੇ ਰੀਬੋਕ ਦਾ ਕੱਛਾ। ਅੱਛਾ ਇਹਦੇ ਕਿਹੜਾ ਸੀ? ਨਾਈਕੀ ਦਾ। ਇਹਦੇ ਕਿਹੜਾ ਸੀ? ਇਹਦੇ ਗੁਰਮੇਲ ਸਿੰਘ ਦਾ ਬੂਟੀਆਂ ਵਾਲਾ ਕੱਛਾ। ਸਾਲੇ ਦੇਖ ਦੇਖ ਹੱਸੀ ਜਾਣਾ। ਗੁਰਮੇਲ ਸਿੰਘ ਕਹਿੰਦਾ ਕੋਈ ਨਾ ਪੁੱਤ ਹੱਸ ਲਓ ਜਿੰਨਾ ਹੱਸਿਆ ਜਾਂਦਾ। ਜਦੋਂ ਰੈਫਰੀ ਨੇ ਮਾਰੀ ਬਿਸਲਾ, ਗੁਰਮੇਲ ਸਿੰਘ ਤਾਂ ਐਂ ਲਾ ਜੀ ਪਤੰਗ ਬਣ ਗਿਆ। ਐਡੀਡਾਸ ਆ, ਰੀਬੋਕ ਆ, ਵਿੱਚੇ ਰੋਲ ਤੇ। ਅੱਛਾ ਇਹਦੀ ਸਾਡਾ ਗੁਰਮੇਲ ਚਾਚਾ ਸਰਦਾਰ ਆ। ਇਹ ਹੁੰਦੀ ਆ ਵੀ ਸਰਦਾਰਾਂ ਦੀ ਫਿਰ ਸਰਦਾਰੀ ਵਾਲੀ ਗੱਲ ਆ। ਉਹ ਤਾਂ ਹੈ ਜੀ। ਲੈ ਆ ਖੋਲੋ ਮੀਟ ਮੂਟਾ, ਵੱਡੀਆਂ ਗੱਲਾਂ ਬਣਾ ਪੈ ਕਿੱਕਰ ਦਾ ਹੋਰ ਬਣਾ ਬਣਾ ਬਣਾਉਣੇ ਜੀ ਬਣਾਉਣੇ ਆਪਾਂ ਉਹਨਾਂ ਨੇ ਭਾਂਡਾ ਮੰਗਾ ਲੈਂਦਾ ਕੋਈ ਮੀਟ ਵਾਸਤੇ। ਕਿਹਾ ਜੀ ਉਹ ਛੋਟੂ ਆ ਭਾਂਡਾ ਲੈ ਕੇ ਆ ਕੋਈ। ਹਾਂਜੀ ਹਾਂਜੀ ਆ ਕੇ ਲੈ ਕੇ ਆਉਣਾ। ਪਹਿਲੀ ਚੱਕ ਲੈਂਦਾ ਨਾਲ ਹੀ। ਲਓ ਜੀ ਚੱਕੋ ਫਿਰ। ਲੈ ਲੈ ਚੱਕੋ। ਕਿਰਪਾ ਜੀ ਤੁਹਾਡੇ ਚਾਚੇ ਦੀ ਬਹੁਤ ਚੜ੍ਹਾਈ ਹੋਣੀ, ਲੋਕ ਸਲਾਮਾਂ ਕਰਦੇ ਹੋਣੇ। ਸਲਾਮਾਂ ਸਲਾਮਾਂ ਕਿਹਾ ਬੜਾ ਕਿਹਾ। ਫਿਰ ਚੜ੍ਹਾਈ ਵਾਲਾ ਇੱਕ ਕਿੱਸਾ ਤੁਹਾਨੂੰ ਹੋਰ ਸੁਣਾ ਦਿਓ। ਮੇਰੇ ਚਾਚੇ ਗੁਰਮੇਲ ਸਿਆਣਾ ਨਾ ਉਹ ਟਾਈਮ 'ਤੇ ਆਲਟੋ ਕਾਰ ਲੈ ਲਈ। ਐਂ ਲਾ ਲਓ
ਵੀ ਅੱਜ ਦੀ ਫੋਰਚੂਨਰ ਉਦੋਂ ਦੀ ਅਲਟੋ ਅੱਛਾ ਜੀ ਫਿਰ ਅਲਟੋ ਵੀ ਨਾ ਗੈਸ 'ਤੇ ਕਰਾ ਲਈ ਫਿਰ ਇਹ ਲਾ ਲਿਆ ਵੀ ਕਿੱਟ ਉਦੋਂ ਜਦੋਂ ਲੋਕ ਧਰਾਉਂਦੇ ਇੰਨਾ ਚਾਅ ਹੁੰਦਾ ਜਿਹੋ ਜਿਹੀ ਕਿੱਟ ਧਰਾ ਲਈ ਜਿਹੋ ਜਿਹਾ ਪੰਪ ਲਾ ਲਿਆ ਪਰ ਇਹ ਚਾਚੇ ਨੇ ਫੂਕ ਫਾ ਕੇ ਸਿਲੰਡਰ ਕਈ ਸਾਲਾਂ ਬਾਅਦ ਮੈਨੂੰ ਕਹਿੰਦਾ ਪਤੀਸਿਆ ਇੱਕ ਕੰਮ ਨਾ ਕਰੀਏ ਮੈਂ ਕਿਹਾ ਕੀ ਚਾਚਾ ਕਹਿੰਦਾ ਦੇਖੀਏ ਤਾਂ ਸਹੀ ਕਿੰਨੇ ਕੁ ਸਿਲੰਡਰ ਫੂਕਤੇ ਮੈਂ ਕਿਹਾ ਵੀ ਦੇਖ ਲਿਆ ਚਾਚਾ ਲਾ ਕੇ ਹਿਸਾਬ ਕਿਤਾਬ ਜਿਹਾ ਕਹਿੰਦਾ ਭਤੀਜਾ 14,40,000 ਦਾ ਸਿਲੰਡਰ ਫੂਕਤੇ ਅੱਛਾ ਜੀ ਲੈ ਸਾਲੀ ਇੰਨੀ ਗੱਡੀ ਦੀ ਕੀਮਤ ਨਹੀਂ ਸੀ ਜਿਹਨੇ ਦੇ ਸਿਲੰਡਰ ਫੂਕਤੇ ਇੰਨੀ ਚੜ੍ਹਾਈ ਦੀ ਸਾਡੇ ਚਾਚੇ ਦੀ ਦੇਖ ਲੈ ਤੂੰ ਆਪ ਹਿਸਾਬ ਲਾ ਲੈ ਜਿਹੜਾ 14,00,000 ਦੇ ਸਿਲੰਡਰ ਫੂਕ ਗਿਆ ਉਹ ਕਿੰਨੀ ਚੜ੍ਹਾਈ ਹੋਊ ਸਰਦਾਰਾਂ ਦੇ ਕੰਮ ਨਹੀਂ ਜੀ ਜੱਦੀ ਸਰਦਾਰ ਹਾਂ ਜੀ ਹਾਂ ਤਾਂ ਸਰਦਾਰਾਂ ਦੇ ਕੰਮ ਇਹੀ ਹੋ ਗਿਆ ਟਾਈ ਰੱਖ ਰਿਹਾ ਇਹਨੂੰ ਵੀ ਖੋਲ ਲੈ ਯਾਰਾ ਉਹਨੇ ਹੁਣ ਪੈਗ ਵੀ ਬਹੁਤ ਹੋ ਗਏ ਰੋਟੀ ਰੋਟੀ ਦਾ ਖਾਈਏ ਯਾਰ ਹਨਾ ਹਾਂ ਹਾਂ ਚੱਲ ਫਿਰ ਰੋਟੀ ਦਾ ਪ੍ਰਬੰਧ ਕਰ ਤੁਸੀਂ ਬੈਠੋ ਜੀ ਮੈਂ ਲਿਆਉਣਾ ਰੋਟੀ ਹੋਰ ਦੱਸੋ ਜੀ ਫਿਰ ਕੋਈ ਗੱਲਬਾਤ ਤੁਹਾਡੀ ਸਰਦਾਰਾਂ ਦੀ ਬਸ ਠੀਕ ਹੈ ਬਈ ਵਧੀਆ ਤੂੰ ਸੁਣਾ ਕੋਈ ਗੱਲਬਾਤ ਬਸ ਠੀਕ ਆ ਲੈ ਜੇ ਪੈਗ ਹੋਰ ਪਾ ਲੈ ਫਿਰ ਪਾ ਲੈ ਫਿਰ ਖਾਣਿਆਂ ਨੂੰ ਉਹ ਸਰਦਾਰ ਸਾਹਿਬ ਉੱਠ ਖੜੋ ਹੁਣ ਸੂਰਜ ਸਿਰ ਤੇ ਆ ਗਿਆ ਸੂਰਜ ਚੜ੍ਹ ਵੀ ਗਿਆ ਪਤਾ ਹੀ ਨਹੀਂ ਲੱਗਿਆ ਅੱਗੇ ਤਾਂ ਮੈਂ ਵੀ ਘਰੇ ਨਾ 4 ਵਜੇ ਉੱਠ ਜਾਂਦਾ ਉਹਨਾਂ ਦੀ ਡੰਡ ਡੁੰਡ ਵੀ ਲਾਉਣੇ ਹੁੰਦੇ ਸੀਗੇ ਪੀਤੀ ਖਾਧੀ 'ਚ ਪਤਾ ਹੀ ਨਹੀਂ ਲੱਗਿਆ ਤੂੰ ਐਂ ਕਰ ਲੱਸੀ ਦਾ ਪ੍ਰਬੰਧ ਕਰ ਲੂਣ ਲਾਣ ਪਾ ਕੇ ਲਿਆ ਰਾਤ ਵਾਲੀ ਵੀ ਲਾਉਣੀ ਆ ਫਿਰ ਐਂ ਕਰੋ ਫਿਰ ਤੁਸੀਂ ਮੂੰਹ ਮਾਂ ਧੋ ਇਹਦੇ ਨੇ ਮੈਂ ਲੱਸੀ ਲੈ ਕੇ ਆਇਆ ਲਿਆ ਯਾਰ ਰਾਤ ਵਾਲੀ ਲਾਹਾਂਗੇ ਤਾਂ ਹੀ ਆਥਣੇ ਪੀਵਾਂਗੇ ਦੁਬਾਰੇ ਸਾਲਾ ਸਿਰ ਜਾ ਫੜ ਲਿਆ ਉੱਠ ਖੜੇ ਜੀ ਤੁਸੀਂ ਹੁਣ ਤੁਸੀਂ ਤਿਆਰ ਹੋ ਜਾਓ ਆਪਾਂ ਪਿੰਡ ਵੀ ਜਾਣਾ ਪਿੰਡ ਜਾਣਾ ਹੁਣ ਤੇਰਾ ਪੇਕਿਆਂ ਦਾ ਚਾਅ ਉਤਰ ਵੀ ਗਿਆ ਨਾ ਉਹ ਤਾਂ ਲੱਗ ਰਹੀ ਸੀ ਪੇਕੇ ਜਾਣਾ ਨਾਲੇ ਮੇਰੀ ਗੱਲ ਸੁਣ ਲੈ ਜਿੰਨਾ ਟਾਈਮ ਮੈਂ ਨਹੀਂ ਕਹਿੰਦਾ ਨਾ ਇੱਥੋਂ ਪੈਰ ਨਹੀਂ ਪੱਟਣਾ ਹੁਣ ਇਹਨਾਂ ਨੂੰ ਵੀ ਸੇਵਾ ਕਰਕੇ ਦੇਖ ਲੈਂਦੇ ਜਵਾਈ ਇਹਨਾਂ ਨੂੰ ਵੀ ਪਤਾ ਲੱਗੇ ਵੀ ਸਰਦਾਰ ਜੀ ਆਏ ਨੇ ਨਾਲੇ ਸਰਦਾਰ ਜੀ ਨੇ ਕਿਹੜਾ ਰੋਜ਼ ਰੋਜ਼ ਸਾਰੇ ਘਰੇ ਆਉਣਾ ਹੈ ਵੇ ਤੂੰ ਰਹਿਣ ਦੇ ਸਰਦਾਰੀ ਨੂੰ ਨਿਚਲਾ ਹੋ ਕੇ ਤੁਰ ਪੈ ਵੇ ਤੂੰ ਕਹਾਵਤ ਤਾਂ ਸੁਣੀ ਹੋਣੀ ਭੈਣ ਘਰ ਭਾਈ ਕੁੱਤਾ ਸਾਰੇ ਘਰ ਜਵਾਈ ਕੁੱਤਾ ਉਹ ਕੋਈ ਨਾ ਮੈਂ ਤਾਂ ਕੁੱਤਾ ਬਣ ਕੇ ਰਹਿ ਲੂੰ ਜਦੋਂ ਸਾਲਿਆਂ ਨੂੰ ਭੌਂਕਿਆ ਨਾ ਵੱਢਣ ਪਿਆ ਆਪੇ ਰੋਟੀ ਪਾਉਣਗੇ ਵੇ ਤੂੰ ਗੰਦਾ ਬਣ ਕੇ ਤੁਰ ਪਾ ਲੱਗਦਾ ਵੱਢਣ ਦਾ ਮੈਂ ਹੁਣ ਆਪਦੇ ਅਸਲੀ ਰੂਪ ਚ ਆ ਜਾਊਂਗੀ ਦੇਖ ਲੈ ਸਾਲੀ ਕਿਵੇਂ ਬੋਲਦੀ ਹੈ ਨਾ ਹੁਣ ਤੇਰਾ ਰੱਬ ਕਿੱਥੇ ਗਿਆ ਹੁਣ ਨਹੀਂ ਕਰਦੀ ਪਤੀ ਦੀ ਸੇਵਾ ਵੇ ਤੂੰ ਬੰਦਾ ਬਣ ਕੇ ਤਿਆਰ ਹੋ ਜਾ ਹੁਣ ਕਰ ਦੂ ਤੇਰੀ ਸੇਵਾ ਉਹ ਕੋਈ ਨਾ ਹੋ ਜਾਊਗਾ ਤਿਆਰ ਚੱਲਿਆ ਪੁੱਤ ਪੁੱਤ ਮੇਰੀ ਗੱਲ ਸੁਣੋ ਖੁਸ਼ ਖੁਸ਼ ਆਇਆ ਕਰੋ ਖੁਸ਼ ਹੀ ਜਾਇਆ ਕਰੋ ਉਹ ਤੁਸੀਂ ਇਹ ਗੱਲਾਂ ਨਾ ਆਪਦੀ ਲਾਡਲੀ ਨੂੰ ਸਿਖਾਓ ਜਦੋਂ ਕੰਮ ਕਢਾਉਣਾ ਹੁੰਦਾ ਉਹ ਤਾਂ ਰੱਬ ਕਢਾ ਦੂਗੀ ਜਦੋਂ ਕੰਮ ਨਿਕਲ ਜਾਂਦਾ ਫਿਰ ਸਿੱਧਾ ਰੱਬ ਕੋਲ ਬੰਦੇ ਤੇ ਆ ਜਾਈ ਐਡੀ ਕੌੜੀ ਜਵਾਨ ਲੱਗੀ ਆ ਬੋਲਣ ਤੋਂ ਪਹਿਲਾਂ ਨਾ ਖੰਡ ਦੇ ਫੱਕੇ ਮਾਰਨੇ ਪੈਂਦੇ ਨੇਗੇ ਜਦੋਂ ਵੀ ਬੋਲੂ ਕੌੜੀ ਬੋਲੂ 84 ਕਿੱਲਿਆਂ ਦੀ ਖੇਹ ਕਰਕੇ ਰੱਖ ਦੂਗੀ ਵੇ ਤੂੰ ਟਿਕ ਜਾ ਵੱਡਾ ਆ 84 ਕਿੱਲਿਆਂ ਦਾ ਹੁਣ ਬਣਾ ਦੂ ਤੈਨੂੰ ਜੱਦੀ ਸਰਦਾਰ ਬੰਦਾ ਬਣ ਕੇ ਨਾ ਤੁਰ ਪਾ ਤੂੰ ਹਾਂ ਦੇਖ ਲਓ ਕਿਵੇਂ ਬੋਲਦੀ ਹੈ ਇਹਦੇ ਨਾਲ ਤਾਂ ਨਾ ਕਿਸੇ ਮੱਝ ਦਾ ਸੰਗਲ ਫੜਾ ਦਿੰਦੇ ਘੱਟੋ ਘੱਟ 4 ਦਿਨ ਦੁੱਧ ਤਾਂ ਪੀਂਦਾ ਜੇ ਲੱਤਾਂ ਮਾਰਦੀ ਕੱਟੇ ਵਾਲਾ ਨੂੰ ਵੇਚ ਦਿੰਦਾ ਮੇਰਾ ਨੁਕਸਾਨ ਤਾਂ ਨਾ ਕਰਦੀ ਹਾਲਾ ਵੇਖ ਲਾ ਮਾਂ ਹੁਣ ਮੇਰੇ ਨਾਲੋਂ ਪਸ਼ੂ ਚੰਗੇ ਹੋ ਗਏ ਨੂੰ ਹੁਣ ਮੈਂ ਵੀ ਨਹੀਂ ਜਾਂਦੀ ਤੇਰੀਆਂ ਵੀ ਨਾਲ ਲਿੱਕਾਂ ਕਢਾਈਆਂ ਨਾ ਮੈਂ ਵੀ ਜੱਟ ਦੀ ਧੀ ਨਹੀਂ ਇਹ ਗੱਲ ਹੈ ਲੈ ਫਿਰ ਤੂੰ ਵੀ ਲਾ ਲਾ ਜੋੜ ਜਿਹੜਾ ਤੇਰੇ ਤੋਂ ਲਾਦਾ ਜਾਂਦਾ ਹੁਣ ਮੈਂ ਵੀ ਨਹੀਂ ਉਹ ਮੱਖਣਾ ਕਿਆ ਫਿਰ ਸ਼ਾਮ ਦਾ ਪ੍ਰਬੰਧ ਕਰਦਿਆਂ ਅੱਜ ਮੁਰਗਾ ਨਹੀਂ ਬੱਕਰਾ ਬਣਾਵਾਂਗੇ ਨਹੀਂ ਕੁੜੀਏ ਆ ਤੂੰ ਵੀ ਕੀ ਸਿਆਪਾ ਪਾ ਕੇ ਬਹਿ ਗਈ ਹੈ ਨਾਲੇ ਤਾਂ ਲੋਕ ਗੱਲਾਂ ਕਰਨਗੇ ਨਾਲੇ ਇਹਦੇ 84 ਕਿੱਲੇ ਰੁਲ ਜਾਣਗੇ।